इस बाग दे विच 52 किस्म दे मिक्स फ्रूट ने ते सारे दा सारा इत्थे हर समय जदो भी कोई साल दे विच इत्थे आवेगा ता इत्थे हर समय उनू फ्रूट खाण नू फल मिलेगा क्योंकि जिहड़ा इस बाग दा फ्रूट है ना ही ओ बेचिया जांदा ते ना ही ओ किसे वन्यों परसनली आपदे तौर ते वरत्या जांदा सिर्फ पंछियां लई है जां जिस लोड़वंद गरीब गुरबे नू लोड़ है ओ आपदी मर्जी दे नाल इत्थों आ के फल खा जांदा नाल ही इत्थे दवाइयां वाले सारे बूटे असीं लाए ने जिहड़े कि मनुख लई इक चंगी आक्सीजन दा काम करदे आ ते शांतमई रमणीक जगह ਇਹ ਹੁਣ ਬਣ ਚੁੱਕੀ ਆ ਜਿੱਥੇ ਕਿ ਪੂਰੇ ਪੰਜਾਬ ਦੇ ਸੈਲਾਨੀ ਆਉਂਦੇ ਨੇ ਜਿਹੜਾ ਮਾਹੌਲ ਹੈ ਕਿ ਆਕਸੀਜਨ ਘਟ ਗਈ ਆ ਇਹਦੇ ਨਾਲ ਮਨੁੱਖ ਦੀ ਉਮਰ ਘਟ ਗਈ ਕਿ ਬਹੁਤ ਜ਼ਿਆਦਾ ਸਮਾਂ ਨਹੀਂ ਜਾਏਗਾ ਕਿ ਮਨੁੱਖ ਕੋਲੇ ਆਕਸੀਜਨ ਦਾ ਸਿਲੰਡਰ ਹੋਇਆ ਕਰੇ ਤਾਂ ਜੇ ਰਿਕਾਰਡ ਦੇਖਿਆ ਜਾਵੇ ਪਿਛਲਾ ਕੱਢ ਕੇ ਤਾਂ ਕੋਈ ਜਗ੍ਹਾ ਪੰਜਾਬ ਦੀ ਧਰਤੀ ਤੇ ਬਾਕੀ ਹੀ ਨਹੀਂ ਬਚਦੀ ਇੰਨੇ ਬੂਟੇ ਲੱਗ ਚੁੱਕੇ ਆ ਰਿਕਾਰਡ ਦੇ ਵਿੱਚ ਪਰੰਤੂ ਉਹ ਜ਼ਮੀਨ ਤੇ ਨਹੀਂ ਹੈਗੀ ਇਹ ਇੱਕ ਪਾੜਾ ਫਰਕ ਪਿਆ ਹੋਇਆ ਇਹਨੂੰ ਸੈੱਟ ਕਰਨ ਦੇ ਲਈ ਸਾਨੂੰ ਜਨੂੰਨੀ ਜਿਹੜੇ ਵਿਅਕਤੀ ਆ ਉਹਨਾਂ ਨੂੰ ਇਹ ਮਹਿਮਾ ਦੇ ਵਿੱਚ ਅੱਗੇ ਲੈ ਕੇ ਆਉਣਾ ਚਾਹੀਦਾ ਉਹਨਾਂ ਦੀ ਅਗਵਾਈ ਲੈਣੀ ਚਾਹੀਦੀ ਆ ਪੰਜਾਬ ਇਸ ਵੇਲੇ ਅਲੱਗ ਅਲੱਗ ਤਰ੍ਹਾਂ ਦੇ ਸੰਕਟ ਨਾਲ ਜੂਝ ਰਿਹਾ ਜਿੱਥੇ ਖੇਤੀ ਦਾ ਸੰਕਟ ਵੱਡਾ ਹੈ ਉੱਥੇ ਨਸ਼ਿਆਂ ਦਾ ਸੰਕਟ ਹੈ ਅਲੱਗ ਅਲੱਗ ਤਰ੍ਹਾਂ ਦੇ ਪੰਜਾਬ ਦੇ ਉੱਤੇ ਪਾਣੀਆਂ ਦੇ ਸੰਕਟ ਚੱਲ ਰਿਹਾ ਹੈ ਇੱਕ ਹੋਰ ਵੱਡਾ ਸੰਕਟ ਹੈ ਪ੍ਰਦੂਸ਼ਣ ਦਾ ਵਾਤਾਵਰਣ ਦਾ ਕਿ ਪੰਜਾਬ ਦੇ ਵਿੱਚ ਜਿਹੜੀ ਹਰਿਆਲੀ ਹੈ ਦਰਖਤ ਨੇ ਬਹੁਤ ਘੱਟ ਰਹਿ ਗਏ ਨੇ ਇਸ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਬਰਸਾਤ ਦੇ ਮੌਸਮ ਦੇ ਦਰਮਿਆਨ ਦਰਖਤ ਲਾਉਣ ਦੀ ਵੱਡੀ ਮੁਹਿੰਮ ਚੱਲੀ ਹੋਈ ਹੈ ਕਿ ਦਰਖਤ ਲਗਾਏ ਜਾਣ ਤੇ ਉਹਨਾਂ ਦੀ ਸੰਭਾਲ ਕੀਤੀ ਜਾਵੇ ਇਸੇ ਮੁਹਿੰਮ ਨੂੰ ਲੈ ਕੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਨੇਕੇ ਤੋਂ ਗੁਰਪ੍ਰੀਤ ਸਿੰਘ ਨੌਜਵਾਨ ਆਗੂ ਆ ਵਾਤਾਵਰਨ ਪ੍ਰੇਮੀ ਆ ਸਮਾਜ ਸੇਵੀ ਹੈ ਕਈ ਕੰਮ ਕਰਦੇ ਨੇ ਅਲੱਗ ਅਲੱਗ ਤਰ੍ਹਾਂ ਦੇ ਸਮਾਜ ਸੇਵਾ ਦੇ ਲਈ ਉਹ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਨੇ ਕਿ ਪਿੰਡ ਦੀ ਵਿਰਾਨ ਪਈ ਜਗ੍ਹਾ ਤੇ ਉਹਨਾਂ ਵੱਲੋਂ ਵੱਡੇ ਪੱਧਰ ਤੇ ਪਿਛਲੇ ਕਈ ਸਾਲਾਂ ਤੋਂ ਦਰਖਤ ਲਗਾਏ ਗਏ ਨੇ ਤੇ ਦਰਖਤਾਂ ਦੀ ਵੱਡੀ ਗੱਲ ਹੈ ਸੰਭਾਲ ਕੀਤੀ ਗਈ ਹੈ ਇਹਦੀ ਉਦਾਹਰਨ ਤੁਹਾਨੂੰ ਕੈਮਰੇ ਦੇ ਜ਼ਰੀਏ ਦਿਖਾਵਾਂ ਕਿ ਇਹ ਕਾਨੇਕੇ ਪਿੰਡ ਦੇ ਜਿਹੜਾ ਬਾਗ ਕਿਹਾ ਜਾਂਦਾ ਹੈ ਜਾਂ ਇਹਨੂੰ ਮਿੰਨੀ ਜੰਗਲ ਵੀ ਕਹਿ ਸਕਦੇ ਹਾਂ ਉਹਦੀਆਂ ਤਸਵੀਰਾਂ ਨੇ ਇਹ ਕਾਫੀ ਲੰਬੀ ਜਗ੍ਹਾ ਗਈ ਜਿਹੜੀ ਖੇਤਾਂ ਦੇ ਵਿੱਚ ਹੈ ਤੇ ਇੱਥੇ ਅਨੇਕ ਤਰ੍ਹਾਂ ਦੇ ਤੁਹਾਨੂੰ ਦਰਖਤ ਦੇਖਣ ਨੂੰ ਮਿਲ ਜਾਣਗੇ ਕਿ ਇਹ ਕਾਫੀ ਦੂਰ ਤੱਕ ਫੈਲਿਆ ਹੋਇਆ ਜਿਹੜਾ ਇਹ ਬਾਗ ਹੈ ਅਲੱਗ ਅਲੱਗ ਤਰ੍ਹਾਂ ਦੇ ਜਿੱਥੇ ਦਰਖਤ ਫੁੱਲਦਾਰ ਫਲਦਾਰ ਸ਼ਾਨਦਾਰ ਦਰਖਤ ਜਿਹੜੇ ਤੁਹਾਨੂੰ ਦੇਖਣ ਨੂੰ ਮਿਲ ਰਹੇ ਨੇ ਉੱਥੇ ਜੇਕਰ ਗੱਲ ਕਰੀਏ ਕਿਉਂਕਿ ਪੰਛੀਆਂ ਦਾ ਜੋ ਦਰਖਤ ਨਾ ਹੋਣ ਕਾਰਨ ਪੰਛੀਆਂ ਦਾ ਜਾੜਾ ਵੱਡੇ ਪੱਧਰ ਤੇ ਹੋ ਰਿਹਾ ਸੀ ਉਹ ਪੰਛੀਆਂ ਦੀ ਸਾਂਭ ਸੰਭਾਲ ਵੀ ਕਿਉਂਕਿ ਜਿੱਥੇ ਦਰਖਤ ਹੋਣਗੇ ਉੱਥੇ ਹੀ ਪੰਛੀ ਦੇਖਣ ਨੂੰ ਮਿਲਣਗੇ ਇਹ ਤਸਵੀਰਾਂ ਨੇ ਕਾਨੇਕੇ ਦੇ ਬਾਗ ਦੀਆਂ ਜਿੱਥੇ ਤੁਹਾਨੂੰ ਦੇਖਣ ਨੂੰ ਮਿਲਦਾ ਕਿ ਇੰਨੀ ਸ਼ਾਂਤਮਈ ਜਗ੍ਹਾ ਇੰਨਾ ਜਿਹੜਾ ਸ਼ਾਂਤਮਈ ਮਾਹੌਲ ਕਿ ਦਰਖਤ ਲੱਗੇ ਹੋਏ ਨੇ ਗੁਰਪ੍ਰੀਤ ਸਿੰਘ ਕਾਨੇਕੇ ਵੱਲੋਂ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਇਹ ਅਲੱਗ ਅਲੱਗ ਤਰ੍ਹਾਂ ਦੇ ਦਰਖਤ ਨੇ ਚਾਹੇ ਕੇਲਿਆਂ ਦੀ ਗੱਲ ਕਰ ਲਈਏ ਅਮਰੂਦ ਦੀ ਗੱਲ ਕਰ ਲਈਏ ਜਾਂ ਹੋਰ ਕਈ ਤਰ੍ਹਾਂ ਦੇ ਜਿਹੜੇ ਦਰਖਤ ਇਹਨਾਂ ਵੱਲੋਂ ਇੱਥੇ ਲਗਾਏ ਗਏ ਨੇ ਬਾਗ ਲਗਾਇਆ ਗਿਆ ਤੇ ਉਹਦੀ ਕੇਅਰ ਕੀਤੀ ਜਾ ਰਹੀ ਹੈ ਇੱਕ ਆਪਣੇ ਆਪ ਚ ਮਿਸਾਲ ਹੈ ਕਿਉਂਕਿ ਦਰਖਤ ਤਾਂ ਲਾਉਂਦਾ ਹਰ ਕੋਈ ਹੈ ਪਰ ਉਹਦੀ ਜਿਹੜੀ ਸੰਭਾਲ ਹੈ ਉਹ ਕੋਈ ਨਹੀਂ ਕਰਦਾ ਇਸ ਸੰਬੰਧੀ ਅਸੀਂ ਗੱਲਬਾਤ ਕਰਾਂਗੇ ਗੁਰਪ੍ਰੀਤ ਸਿੰਘ ਦੇ ਨਾਲ ਕਿ ਕਿਸ ਤਰ੍ਹਾਂ ਇਹ ਉਪਰਾਲਾ ਸ਼ੁਰੂ ਹੋਇਆ ਕਿਸ ਤਰ੍ਹਾਂ ਇਹਨਾਂ ਨੇ ਇਹ ਜਿਹੜੀ ਮੁਹਿੰਮ ਵਿੱਢੀ ਹੈ ਤੇ ਇਹਦੇ ਲਈ ਕਿੰਨੇ ਕੁ ਏਰੀਏ ਦੇ ਵਿੱਚ ਦਰਖਤ ਲੱਗੇ ਨੇ ਕਿੰਨੇ ਦਰਖਤ ਲੱਗੇ ਹੋਏ ਨੇ ਕਿੰਨੇ ਤਰ੍ਹਾਂ ਦੇ ਨੇ ਕੀ ਇਹਦੇ ਵਿੱਚ ਹੋਰ ਜਿਹੜਾ ਦੇਖਣ ਨੂੰ ਮਿਲ ਸਕਦਾ ਗੁਰਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਨਰਲ ਸਪੋਕਸਮੈਨ ਦਾ ਟੀਵੀ ਦੀ ਸਮੁੱਚੀ ਟੀਮ ਦਾ ਧੰਨਵਾਦ ਜਿਹੜੇ ਕਿ ਇੱਕ ਚੰਗੇ ਉਪਰਾਲੇ ਦੀ ਕਵਰੇਜ ਕਰਨ ਪਹੁੰਚੋ ਮੈਂ ਆਪ ਸਭ ਦਾ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਅੱਛਾ ਗੁਰਪ੍ਰੀਤ ਸਿੰਘ ਜੀ ਗੱਲ ਕਰੀਏ ਕਾਫੀ ਚਰਚਾ ਗਈ ਕਾਨੇਕਿਆਂ ਦੇ ਬਾਗ ਦੀ ਕਿ ਗੁਰਪ੍ਰੀਤ ਸਿੰਘ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਅਸੀਂ ਵੀ ਦੇਖਿਆ ਘੁੰਮ ਫਿਰ ਕੇ ਦੇਖਿਆ ਵੱਡੇ ਪੱਧਰ ਤੇ ਦਰਖਤ ਲਗਾਏ ਨੇ ਕਿਵੇਂ ਉਪਰਾਲਾ ਸ਼ੁਰੂ ਹੋਇਆ ਕਿੰਨੇ ਸਮੇਂ ਤੋਂ ਸ਼ੁਰੂ ਹੋਇਆ ਕਿਵੇਂ ਇਹ ਜਗ੍ਹਾ ਨੂੰ ਹਰਿਆ ਭਰਿਆ ਬਣਾਇਆ ਗਿਆ ਜੁਲਾਈ 2017 ਦੇ ਵਿੱਚ ਜਿਹੜੀ ਇਹ ਜਗ੍ਹਾ ਸੀ ਇਹ ਬਿਲਕੁਲ ਖਾਲੀ ਪਈ ਸੀ ਇੱਥੇ ਕੁਝ ਵੀ ਹੈ ਨਹੀਂ ਸੀਗਾ ਸੋ ਅਸੀਂ ਜਿਹੜੇ ਵਾਤਾਵਰਨ ਪ੍ਰੇਮੀ ਸੀ ਜਾਂ ਮੇਰੇ ਸਾਥੀ ਸੀ ਜਿਨ੍ਹਾਂ ਦੀ ਮੈਂ ਅਗਵਾਈ ਕੀਤੀ ਕਿਉਂਕਿ ਸਾਡੇ ਮਨ ਦੇ ਵਿੱਚ ਜਨੂੰਨ ਸੀ ਅਸੀਂ ਇੱਕ ਜਿਹੜੀ ਕੁਦਰਤੀ ਭੋਜਨ ਲੜੀ ਆ ਉਹਨੂੰ ਬਰਕਰਾਰ ਕਰਨ ਵਾਸਤੇ ਤੇ ਜਿਹੜੀ ਰਹਾਇਸ਼ ਆ ਕੁਦਰਤੀ ਰਹਾਇਸ਼ ਆ ਜਾਂ ਕੁਦਰਤੀ ਲੋੜਾਂ ਨੇ ਜੋ ਮਨੁੱਖ ਦੇ ਲਈ ਲੋੜਾਂ ਸੀਗੀਆਂ ਉਹਨੂੰ ਪੂਰਾ ਕਰਨ ਵਾਸਤੇ ਜੁਲਾਈ 2017 ਦੇ ਵਿੱਚ ਅਸੀਂ ਸਾਰੇ ਵਾਤਾਵਰਨ ਪ੍ਰੇਮੀਆਂ ਦੇ ਸਹਿਯੋਗ ਦੇ ਨਾਲ ਮੈਂ ਇਹ ਜਿਹੜਾ ਬਾਗ ਹੈ ਅਸੀਂ ਲਾਉਣਾ ਸ਼ੁਰੂ ਕੀਤਾ ਇਸ ਬਾਗ ਦੇ ਵਿੱਚ 52 ਕਿਸਮ ਦੇ ਮਿਕਸ ਫਰੂਟ ਨੇ ਤੇ ਸਾਰੇ ਦਾ ਸਾਰਾ ਇੱਥੇ ਹਰ ਸਮੇਂ ਜਦੋਂ ਵੀ ਕੋਈ ਸਾਲ ਦੇ ਵਿੱਚ ਇੱਥੇ ਆਵੇਗਾ ਤਾਂ ਇੱਥੇ ਹਰ ਸਮੇਂ ਉਹਨੂੰ ਫਰੂਟ ਖਾਣ ਨੂੰ ਫਲ ਮਿਲੇਗਾ ਇਹ ਇਸ ਕਰਕੇ ਲਗਾਇਆ ਗਿਆ ਕਿ ਜਿਹੜੇ ਪੰਛੀ ਹੈ ਕਿਉਂਕਿ ਜਿਹੜਾ ਇਸ ਬਾਗ ਦਾ ਫਰੂਟ ਹੈ ਨਾ ਹੀ ਉਹ ਵੇਚਿਆ ਜਾਂਦਾ
ਤੇ ਨਾ ਹੀ ਉਹ ਕਿਸੇ ਵੱਲੋਂ ਪਰਸਨਲੀ ਆਪਦੇ ਤੌਰ ਤੇ ਵਰਤਿਆ ਜਾਂਦਾ ਸਿਰਫ ਪੰਛੀਆਂ ਲਈ ਹੈ ਜਾਂ ਜਿਸ ਲੋੜਵੰਦ ਗਰੀਬ ਗੁਰਬੇ ਨੂੰ ਲੋੜ ਹੈ ਉਹ ਆਪਦੀ ਮਰਜ਼ੀ ਦੇ ਨਾਲ ਇੱਥੋਂ ਆ ਕੇ ਫਲ ਖਾ ਜਾਂਦਾ ਹੈਗਾ ਤੇ ਬਾਕੀ ਜਿੰਨੇ ਵੀ ਫਲ ਆ ਇੱਥੇ ਜਾਂ ਜਿੰਨੇ ਵੀ ਬੂਟੇ ਅਸੀਂ ਲਗਾ ਕੇ ਅੱਜ ਰੁੱਖ ਬਣ ਚੁੱਕਿਆ ਜੰਗਲ ਬਣ ਚੁੱਕਿਆ ਵੱਡਾ ਤੇ ਇਹਦੇ ਵਿੱਚ ਅਸੀਂ ਕੋਈ ਜ਼ਹਿਰੀਲੀ ਕਿਸੇ ਵੀ ਪ੍ਰਕਾਰ ਦੀ ਜ਼ਹਿਰ ਦੀ ਵਰਤੋਂ ਨਹੀਂ ਕੀਤੀ ਸਾਰੇ ਇਹ ਕੁਦਰਤੀ ਨੇ ਤੇ ਸਾਰੇ ਹੀ ਪੰਛੀਆਂ ਲਈ ਨੇ ਕਿਉਂਕਿ ਜਿਹੜੇ ਪੰਛੀ ਆ ਇੱਕ ਤਾਂ ਇਸ ਬਾਗ ਦੇ ਵਿੱਚ ਜੰਗਲ ਦੇ ਵਿੱਚ ਉਹਨਾਂ ਨੂੰ ਰਹਾਇਸ਼ ਮਿਲੀ ਆ ਤੇ ਦੂਜਾ ਉਹਨਾਂ ਨੂੰ ਜਿਹੜਾ ਭੋਜਨ ਮਿਲਿਆ ਕਿਉਂਕਿ ਜਿਹੜਾ ਭੋਜਨ ਹੈ ਜੇ ਉਹ ਇੱਥੇ ਰਹਾਇਸ਼ ਤਾਂ ਉਹਨਾਂ ਨੂੰ ਮਿਲ ਜੂਗੀ ਪਰੰਤੂ ਜਿਹੜਾ ਭੋਜਨ ਆ ਉਹ ਨਹੀਂ ਮਿਲੇਗਾ ਪਰੰਤੂ ਅਸੀਂ ਉਹਨਾਂ ਦਾ ਇਸ ਮਸਲੇ ਦਾ ਹੱਲ ਕਰਨ ਦੇ ਲਈ ਕਿ ਪੰਛੀਆਂ ਨੂੰ ਰਹਿਣ ਦੇ ਲਈ ਚੰਗੀ ਜਗ੍ਹਾ ਹੋਵੇ ਤੇ ਖਾਣ ਦੇ ਲਈ ਉਹਨਾਂ ਨੂੰ ਵਧੀਆ ਭੋਜਨ ਹੋਵੇ ਤਾਂ ਉਹਨਾਂ ਦੇ ਲਈ ਅਸੀਂ ਫਲ ਦਾ ਪ੍ਰਬੰਧ ਕੀਤਾ 52 ਕਿਸਮ ਦੇ 4500 ਬੂਟੇ 4.5 ਏਕੜ ਜਗ੍ਹਾ ਦੇ ਵਿੱਚ ਇੱਥੇ ਅਸੀਂ ਲਗਾਏ ਨੇ ਤੇ ਸਾਲ 2016 ਤੋਂ ਲੈ ਕੇ ਜਦੋਂ ਕਿ ਜਿੰਨਾ ਅੱਜ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਦੇ ਲਈ ਲੋਕ ਅੱਗੇ ਆਏ ਨੇ ਰੌਲਾ ਪੈ ਰਿਹਾ ਮੀਡੀਆ ਤੇ ਕੋਈ ਹਜੇ ਜਿਹੜਾ ਜ਼ਮੀਨੀ ਉਹਨਾਂ ਦਾ ਮੰਨ ਲਓ ਅਸਰ ਹੈ ਉਹ ਨਹੀਂ ਸਾਹਮਣੇ ਆਇਆ ਗਾ ਤੇ ਅਸੀਂ 2016 ਦੇ ਵਿੱਚ ਇਹ ਯਤਨ ਸ਼ੁਰੂ ਕਰਤਾ ਸੀ ਕਿ ਪੰਜਾਬ ਦੀ ਮਨੁੱਖਤਾ ਜਿਹੜੀ ਇੱਕ ਦਿਨ ਅਜਿਹਾ ਸਮਾਂ ਆਵੇਗਾ ਕਿ ਜਿਹੜੀ ਆਕਸੀਜਨ ਹੈ ਆਕਸੀਜਨ ਬਿਨਾਂ ਮਨੁੱਖ ਨੂੰ ਮਰਨਾ ਪਵੇਗਾ ਅਸੀਂ ਉਸ ਦਿਨ ਤੋਂ ਲੈ ਕੇ ਜੱਦੋ ਜਹਿਦ ਕਰ ਰਹੇ ਹਾਂ ਜਿੱਥੇ ਇੱਥੇ ਫਲਦਾਰ ਬੂਟੇ ਨੇ ਉੱਥੇ ਨਾਲ ਹੀ ਇੱਥੇ ਦਵਾਈਆਂ ਵਾਲੇ ਸਾਰੇ ਬੂਟੇ ਅਸੀਂ ਲਾਏ ਨੇ ਜਿਹੜੇ ਕਿ ਮਨੁੱਖ ਲਈ ਇੱਕ ਚੰਗੀ ਆਕਸੀਜਨ ਦਾ ਕੰਮ ਕਰਦੇ ਆ ਤੇ ਸ਼ਾਂਤਮਈ ਰਮਣੀਕ ਜਗ੍ਹਾ ਇਹ ਹੁਣ ਬਣ ਚੁੱਕੀ ਆ ਜਿੱਥੇ ਕਿ ਪੂਰੇ ਪੰਜਾਬ ਦੇ ਸੈਲਾਨੀ ਆਉਂਦੇ ਨੇ ਤੇ ਵਿਦੇਸ਼ਾਂ ਚੋਂ ਜਿਹੜੇ ਪੰਜਾਬ ਦੇ ਹਮਦਰਦੀ ਵੀਰ ਆ ਉਹ ਵੀ ਇੱਥੇ ਟੂਰ ਕਰਕੇ ਜਾਂਦੇ ਅੱਛਾ ਇੱਕ ਹੋਰ ਗੱਲ ਹੈ ਕਿ ਜਿਵੇਂ ਤੁਸੀਂ ਸ਼ੁਰੂਆਤ ਕੀਤੀ ਦਰਖਤ ਲਗਾਉਣ ਦੀ ਇਹ ਕੱਲਾ ਗੁਰਪ੍ਰੀਤ ਸਿੰਘ ਅੱਗੇ ਤੁਰਿਆ ਜਾਂ ਕੋਈ ਟੀਮ ਪਰਦੇ ਦੇ ਪਿੱਛੇ ਜਾਂ ਉਹਨਾਂ ਦੇ ਨਾਲ ਸਪੋਰਟ ਦੇ ਵਿੱਚ ਵੀ ਕੰਮ ਕਰਦੀ ਰਹੀ ਜਾਂ ਕੀ ਦਿੱਕਤਾਂ ਇਹ ਜਿਹੜੀ ਹਰਿਆਲੀ ਨੂੰ ਕਿਉਂਕਿ ਵੱਡਾ ਕਿਉਂਕਿ ਜੇ 10 ਦਰਖਤ ਵੀ ਲਗਾ ਕੇ ਉਹਨਾਂ ਨੂੰ ਜਿਹੜਾ ਵੱਡਾ ਕਰਨਾ ਹੋਵੇ ਸੰਭਾਲ ਕਰਨੀ ਹੈ ਬਹੁਤ ਔਖੀ ਹੋ ਜਾਂਦੀ ਹੈ ਇੱਕ ਦਰਖਤ ਵੀ ਨਹੀਂ ਕੋਈ ਲਾ ਕੇ ਛੱਡ ਦਿੰਦੇ ਨੇ ਪਰ ਸੰਭਾਲ ਲੈਂਦੇ ਬੜਾ ਮੁਸ਼ਕਿਲ ਕੰਮ ਹੁੰਦਾ ਗਾ ਅਸੀਂ ਦੇਖ ਰਹੇ ਹਾਂ ਜਿਵੇਂ ਤੁਸੀਂ 4 ਏਕੜ ਦੀ ਗੱਲ ਕਰ ਰਹੇ ਜਦੋਂ ਇਹ ਅਸੀਂ ਬਾਗ ਲਾਉਣਾ ਸ਼ੁਰੂ ਕੀਤਾ ਤਾਂ ਸਾਨੂੰ ਬੜੀਆਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿ ਸਾਨੂੰ ਜਿਹੜੇ ਲਵੇ ਖੇਤਾਂ ਵਾਲੇ ਬਹੁਤੇ ਕਿਸਾਨ ਸੀ ਸਾਰੇ ਤਾਂ ਨਹੀਂ ਕੁਝ ਕਿਸਾਨ ਜ਼ਿਆਦਾ ਜਿਹੜੇ ਕਿਸਾਨਾਂ ਦੀ ਗਿਣਤੀ ਸੀ ਉਹਨਾਂ ਦਾ ਕਹਿਣਾ ਸੀ ਕਿ ਸਾਡੀਆਂ ਤੁਸੀਂ ਫਸਲਾਂ ਦਾ ਨੁਕਸਾਨ ਕਰੋਗੇ ਇੱਥੇ ਆਵਾਰਾ ਪਸ਼ੂ ਰਹਿਣਗੇ ਕਿ ਤੁਸੀਂ ਇਸ ਤਰ੍ਹਾਂ ਦਾ ਉਪਰਾਲਾ ਕਰ ਰਹੇ ਹੋ ਸਾਡਾ ਕਿਸਾਨਾਂ ਦਾ ਨੁਕਸਾਨ ਹੋਊਗਾ ਉਹਨਾਂ ਦਾ ਸਾਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਦੂਜਾ ਜਿਹੜਾ ਇਹ ਬਾਗ ਲਾਉਣ ਦੇ ਲਈ ਸੀ ਇਹਦੇ ਵਿੱਚ 4500 ਜਿਹੜੇ ਬੂਟੇ ਲੱਗੇ ਹੋਏ ਆ ਉਹਦੇ ਵਿੱਚ ਉਹ ਕਰੀਬ ਕਰੀਬ ਜਿਹੜਾ 2500 ਬੂਟਾ ਉਹ ਫਲਦਾਰ ਲੱਗਿਆ ਹੋਇਆ ਫਲਦਾਰ ਬੂਟਾ ਅਸੀਂ ਆਪਦੇ ਤੌਰ ਤੇ ਆਰਥਿਕ ਤੌਰ ਤੇ ਪੈਸਾ ਖਰਚ ਕਰਕੇ ਖਰੀਦਿਆ ਕਿਸੇ ਦਾਨੀ ਸੱਜਣ ਤੋਂ ਅਸੀਂ ਸਹਾਇਤਾ ਨਹੀਂ ਲਈ ਜਿਹੜੇ ਦਾਨੀ ਸੱਜਣ ਸਾਨੂੰ ਸਹਾਇਤਾ ਦੇਣੀ ਵੀ ਚਾਹੁੰਦੇ ਸੀ ਅਸੀਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਕਿ ਤੁਸੀਂ ਜਿੰਨੇ ਵੀ ਆਪਦੀ ਇੱਛਾ ਹੈ ਤੁਸੀਂ ਕੋਈ ਬੂਟੇ ਤਾਂ ਸਾਨੂੰ ਦੇ ਸਕਦੇ ਹੋ ਪਰੰਤੂ ਅਸੀਂ ਪੈਸੇ ਦੇ ਰੂਪ ਦੇ ਵਿੱਚ ਕਿਸੇ ਤੋਂ ਕੋਈ ਸਹਾਇਤਾ ਨਹੀਂ ਪ੍ਰਾਪਤ ਕੀਤੀ ਤੇ ਜਿਹੜਾ ਲਾਉਣ ਵਾਲਾ ਕੰਮ ਸੀ ਉਹ ਅਸੀਂ ਆਪਦੇ ਜਿਹੜੇ ਕੋਈ ਮੇਰੇ ਸਹਿਯੋਗੀ ਸੀ ਪਰਸਨਲ ਸਹਿਯੋਗੀ ਸੀ ਉਹਨਾਂ ਨੂੰ ਨਾਲ ਲੈ ਕੇ ਵਿਰਾਸਤੀ ਰੁੱਖ ਕਿਹੜੇ ਕਿਹੜੇ ਜਿਵੇਂ ਅਸੀਂ ਨਿੰਮ ਕਿੱਕਰ ਟਾਹਲੀਆਂ ਤਾਂ ਜ਼ਰੂਰ ਦੇਖੀਆਂ ਹੋਰ ਕਿਹੜੇ ਦਰਖਤ ਨੇ ਜਿਹੜੇ ਇੱਥੇ ਬਾਗ ਦੇ ਵਿੱਚ ਦੇਖਣ ਨੂੰ ਮਿਲੇ ਦੇਖੋ ਜਿਸ ਤਰ੍ਹਾਂ ਲਸੂੜਾ ਹੋ ਗਿਆ ਵਿਰਾਸਤੀ ਰੁੱਖ ਰਹੂੜਾ ਹੋ ਗਿਆ ਤੇ ਜਿੰਨੇ ਵੀ ਸਾਰੇ ਸਾਡੇ ਪੁਰਾਤਨ ਰੁੱਖ ਸੀਗੇ ਉਹ ਸਾਰੇ ਅਸੀਂ ਇੱਥੇ ਲਾਉਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਜਿਹੜੇ ਪੁਰਾਤਨ ਜਿੰਨੇ ਵੀ ਰੁੱਖ ਨੇ ਜਿੰਨੇ ਪਹਿਲਾਂ ਹੁੰਦੇ ਸੀ ਇਸ ਧਰਤੀ 'ਤੇ ਉਹਨਾਂ ਦੇ ਮਨੁੱਖ ਦੇ ਰੁੱਖ ਦਾ ਮਨੁੱਖ ਦੇ ਨਾਲ ਬੜਾ ਗੂੜਾ ਰਿਸ਼ਤਾ ਉਹ ਕਾਰਨ ਕੀ ਆ ਕਿ ਜਿਹੜਾ ਮਨੁੱਖ ਹੈ ਜਿਹੜੇ ਹੁਣ ਜਿਵੇਂ ਤੁਸੀਂ ਪਿੱਛੇ ਮੇਰੇ ਵੇਖ ਰਹੇ ਹੋ ਕਿ ਤਰਵੈਣੀ ਲੱਗੀ ਹੋਈ ਆ ਇਹਦੇ ਵਿੱਚ ਇੱਕ ਬੋਹੜ ਹੈ ਨਿੰਮ ਹੈ ਤੇ ਪਿੱਪਲ ਹੈ ਕਿਉਂਕਿ ਜਿਹੜੀ ਆਕਸੀਜਨ ਹੈ ਉਹ ਦਿਨ ਰਾਤ ਨਿੰਮ ਔਰ ਬੋਹੜ ਦਿੰਦੇ ਨੇ ਸੋਹਣੀ ਸਾਂ ਦਿੰਦੇ ਨੇ ਮਨ ਦੀ ਸ਼ਾਂਤੀ ਦਿੰਦੇ ਨੇ ਜਿਹੜੇ ਮਨੁੱਖ ਦੇ ਜੀਵਨ ਨੂੰ ਜਿਉਣ ਵਾਸਤੇ ਜੀਵਨ ਨੂੰ ਜੀਵਿਤ ਰੱਖਣ ਵਾਸਤੇ ਮਨੁੱਖਾਂ ਦੀ ਇੱਕ ਰੁੱਖਾਂ ਦੀ ਇੱਕ ਵੱਡੀ ਦੇਣ ਹੈ ਉਸ ਦੇਣ ਨੂੰ ਬਰਕਰਾਰ ਰੱਖਣ ਵਾਸਤੇ ਹਰੇਕ ਅਸੀਂ ਨਾ ਹੀ ਤਾਂ ਜਿਸ ਤਰ੍ਹਾਂ ਅੱਜ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਕਿ ਅਗਲਾ 10 ਬੂਟੇ ਜਾਂ 100 ਬੂਟੇ ਮਿਲ ਰਹੇ ਨੇ ਸਰਕਾਰੀ ਨਰਸਰੀਆਂ ਚੋਂ ਵੀ ਮਿਲ ਰਹੇ ਨੇ ਉਹ ਚੱਕਦੇ ਆ ਲਾ ਤੇ 15-20 ਬੰਦੇ ਇਕੱਠੇ ਹੋ ਗਏ ਤੇ ਬੱਲੇ ਬੱਲੇ ਕਰਾ ਲਈ ਸੋਸ਼ਲ ਮੀਡੀਆ ਤੇ ਪਾ ਲਿਆ ਫੇਸਬੁੱਕ ਤੇ ਪਾ ਲਿਆ ਟਵਿੱਟਰ ਤੇ ਪਾ ਲਿਆ ਤੇ ਵਿਊਜ਼ ਲੈ ਲਏ ਤੇ ਇਸ ਤਰ੍ਹਾਂ ਦੀ ਮੁਹਿੰਮ ਜਿਹੜੀ ਅੱਜ ਕੱਲ ਚੱਲੀ ਹੋਈ ਹੈ ਸੋ ਅਸੀਂ ਤਾਂ 2015 ਦੇ ਤੋਂ ਲੈ ਕੇ ਜਿਹੜਾ ਮੈਂ ਪੰਜਾਬ ਦੇ ਵਿੱਚ ਕੰਮ ਕਰ ਰਿਹਾ 15,000 ਰੁੱਖ ਜਿਹੜਾ ਕਿ ਮੈਂ ਬੂਟਾ ਲਾਇਆ ਸੀ ਆਪਦੇ ਹੱਥ ਨਾਲ ਲਾਇਆ ਸੀ ਤੇ ਅੱਜ 15,000 ਰੁੱਖ ਹੈ ਜਿਹੜਾ ਉਹ ਬਿਲਕੁਲ ਤਿਆਰ ਖੜਾ ਪਰੰਤੂ ਸਾਡੇ ਮਨ ਦੇ ਵਿੱਚ ਜਨੂਨ ਹੈ ਜਿਹੜੀ ਆਉਣ ਵਾਲੀ ਸਾਡੀ ਮਨੁੱਖਤਾ ਦੀ ਪੀੜ੍ਹੀ ਆ ਸਾਨੂੰ ਇਹ ਗੱਲ ਕਲੀਅਰ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮਾਹੌਲ ਬਣ ਚੁੱਕਿਆ ਜਿਹੜਾ ਮਾਹੌਲ ਹੈ ਕਿ ਆਕਸੀਜਨ ਘਟ ਗਈ ਆ ਇਹਦੇ ਨਾਲ ਮਨੁੱਖ ਦੀ ਉਮਰ ਘਟ ਗਈ ਕਿ ਬਹੁਤ ਜ਼ਿਆਦਾ ਸਮਾਂ ਨਹੀਂ ਜਾਏਗਾ
कि मनुख कोले ऑक्सीजन दा सिलेंडर होया करे। असि कोविड दौर दे विच जेकर गल करिए देख भी चुके हैं, पिछले दो साल कोविड दा दौर चलिया लगातार, उदो ए हालात देखन नूं जरूर मिले हन। जिहड़ा देखो ऑक्सीजन है आने वाले 10 से 20 साल दे दरमियान ऑक्सीजन मनुख दे कोल होया करूगी सिलेंडर, ते अखबारां दे विच खबरां ए होया करनियां कि ऑक्सीजन दी जिहड़ी गैस मुक्कण कारण मनुख दी मौत, ते पेट्रोल पंप जिस तरह लगे हुए ने अजकल ऑक्सीजन दे गैस पाउण वास्ते पंप लगणगे, ते इह जिहड़ी साडी मनुख दी अणगहिली आ कि सानू दिखावा करन दी बजाय सिर्फ इहनू जनूनी तौर ते कम करना चाहीदा सी। इस करके कदे ना ही अपने पत्रकार भाईचारा ना ही सोशल मीडिया वाले असी किसी नूं अज तक, मैं पहली इंटरव्यू दे विच सामने आ रहा, कदे भी इंटरव्यू नहीं दित्ती, क्योंकि साडा मिशन की सी कि असी किते लोक प्रभुता दे विच ही ना उलझ जाइए, किते मिशन तों पासे ना हट जाइए। सो हुण साडा जिहड़ा 4500 असी बूटा लाया सी ਉਹ ਰੁੱਖ ਬਣ ਚੁੱਕਿਆ। ਸੋ ਜਿਹੜਾ ਇਹ ਜੰਗਲ ਆ ਹੁਣ ਇਹ ਪੂਰਾ ਆਪਣੇ ਆਪ ਦੇ ਵਿੱਚ ਆਪ ਸੁਰੱਖਿਅਤ ਹੈ, ਇਹਨੂੰ ਸਾਡੀ ਸਿਰਫ ਥੋੜੀ ਕੇਅਰ ਦੀ ਲੋੜ ਹੈ ਜਿੰਨੀ ਕਿ ਅਸੀਂ ਕਰ ਰਹੇ। ਇਸ ਤੋਂ ਅੱਗੇ ਜੇਕਰ ਗੱਲ ਕਰੀਏ ਅਗਲੇ ਮਿਸ਼ਨ ਦੀ, ਚਲੋ ਇਹ ਤਾਂ ਤੁਹਾਡੀ ਬਹੁਤ ਵੱਡੀ ਪ੍ਰਾਪਤੀ ਹੈ, ਜੇਕਰ ਇੱਕ ਦਰਖਤ ਲਾ ਕੇ ਵੀ ਪਾਲਣਾ, ਮੈਂ ਪਹਿਲਾਂ ਗੱਲ ਕਰ ਚੁੱਕਿਆ ਉਹ ਵੀ ਵੱਡੀ ਪ੍ਰਾਪਤੀ ਹੁੰਦੀ ਹੈ, ਪਰ ਲਾ ਕੇ ਛੱਡ ਦਿੱਤਾ ਜਾਂਦਾ। ਹੁਣ ਵੀ ਇੱਕ ਮੁਹਿੰਮ ਚੱਲੀ ਹੋਈ ਹੈ, ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਲਾਈ ਜਾਂਦੇ ਆ ਪਰ ਉਹਨਾਂ ਦੀ ਕੇਅਰ ਨਹੀਂ ਹੁੰਦੀ, ਕੀ ਇਹਦਾ ਜਿਹੜਾ ਹੱਲ ਕੀ ਆ ਗੁਰਪ੍ਰੀਤ ਸਿੰਘ ਜੀ? ਤੁਸੀਂ ਕੰਮ ਕੀਤਾ ਹੋਰ ਪਿੰਡਾਂ ਦੇ ਵਿੱਚ ਖਾਲੀ ਵਿਰਾਨ ਜਗ੍ਹਾ ਪਈਆਂ, ਕਿਵੇਂ ਕੰਮ ਕੀਤਾ ਜਾ ਸਕਦਾ, ਕੀ ਜਿਹੜੀ ਉਹ ਪੋਜ਼ਿਟਿਵਿਟੀ ਨਾਲ ਕੰਮ ਕੀਤਾ ਤੇ ਉਹ ਲੋਕ ਅਪਣਾ ਸਕਦੇ? ਦੇਖੋ ਇੱਕ ਤਾਂ ਜਦੋਂ ਇਹ ਦਿਖਾਵਾ ਨਹੀਂ ਹੋਣਾ ਚਾਹੀਦਾ, ਸਿਆਸੀ ਤੌਰ ਤੇ ਉਹਦਾ ਲਾਹਾ ਲੈਣ ਦਾ ਮਨ ਦੇ ਵਿੱਚ ਢੰਗ ਨਹੀਂ ਹੋਣਾ ਚਾਹੀਦਾ। ਸਿਰਫ ਜੇ ਜਿਸ ਨੇ ਵੀ ਕਿਸੇ ਨੇ ਬੂਟਾ ਲਾਉਣਾ ਹੈ, ਜਿਹੜੇ ਲਾ ਰਹੇ ਨੇ, ਮੁਹਿੰਮਾਂ ਚੱਲ ਰਹੀਆਂ, ਮੈਂ ਸਾਰਿਆਂ ਦੀ ਸ਼ਲਾਘਾ ਕਰਦਾ, ਪਰੰਤੂ ਪੰਜਾਬ ਦੇ ਵਿੱਚ ਦੇਖੀਏ ਤਾਂ ਜੇ ਰਿਕਾਰਡ ਦੇਖਿਆ ਜਾਵੇ ਪਿਛਲਾ ਕੱਢ ਕੇ, ਤਾਂ ਕੋਈ ਜਗ੍ਹਾ ਪੰਜਾਬ ਦੀ ਧਰਤੀ ਤੇ ਬਾਕੀ ਹੀ ਨਹੀਂ ਬਚਦੀ, ਇੰਨੇ ਬੂਟੇ ਲੱਗ ਚੁੱਕੇ ਆ ਰਿਕਾਰਡ ਦੇ ਵਿੱਚ, ਪਰੰਤੂ ਉਹ ਜ਼ਮੀਨ ਤੇ ਨਹੀਂ ਹੈਗੇ। ਇਹ ਇੱਕ ਪਾੜਾ ਫਰਕ ਪਿਆ ਹੋਇਆ, ਇਹਨੂੰ ਸੈੱਟ ਕਰਨ ਦੇ ਲਈ ਸਾਨੂੰ ਜਨੂੰਨੀ ਜਿਹੜੇ ਵਿਅਕਤੀ ਆ ਉਹਨਾਂ ਨੂੰ ਇਹ ਮੁਹਿੰਮਾਂ ਦੇ ਵਿੱਚ ਅੱਗੇ ਲੈ ਕੇ ਆਉਣਾ ਚਾਹੀਦਾ, ਉਹਨਾਂ ਦੀ ਅਗਵਾਈ ਲੈਣੀ ਚਾਹੀਦੀ ਆ। ਇਹਦੇ ਵਿੱਚ ਕੀ ਆ, ਜਦੋਂ ਅਸੀਂ ਬੂਟਾ ਲਾਉਣੇ ਆ, ਠੀਕ ਆ, ਅਸੀਂ ਇੱਕ ਦਿਨ ਇਕੱਠੇ ਹੋਏ ਬੂਟੇ ਲਿਆਂਦੇ ਤੇ ਬੂਟੇ ਲਾ ਤੇ, ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਲਾ ਤੇ, ਫਿਰਨੀ ਤੇ ਲਾ ਤੇ, ਪਰੰਤੂ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਬਚਦਾ। ਕਾਰਨ ਉਹਦਾ ਕੀ ਆ ਕਿ ਜਿਹੜੇ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਆਵਾਰਾ ਪਸ਼ੂ ਫਿਰਦੇ ਆ, ਪਸ਼ੂ ਦਾ ਕੰਮ ਬੂਟੇ ਨੂੰ ਖਾਣਾ ਹੀ ਹੈ, ਉਹਨੇ ਆਪਦਾ ਕੰਮ ਕਰਨਾ, ਤੇ ਉਹ ਬੂਟੇ ਖਾ ਜਾਂਦੇ ਆ ਜਿਹੜਾ ਖਤਮ ਹੋ ਜਾਂਦੇ ਆ। ਉਦੋਂ ਬਾਅਦ ਜਿਹੜੇ ਬੱਕਰੀਆਂ ਦੇ ਇੱਜੜ ਨੇ ਉਹ ਪਿੰਡਾਂ ਦੇ ਵਿੱਚ ਆਮ ਨੇ, ਕਿਉਂਕਿ ਜਦੋਂ ਬੱਕਰੀ ਘਰਾਂ ਦੇ ਵਿੱਚੋਂ ਇੱਜੜ ਨਿਕਲਦਾ ਉਹ ਕਿਸੇ ਫਿਰਨੀ ਤਾਂ ਨਿਕਲੂਗਾ ਹੀ, ਤਾਂ ਰੋਜ਼ਾਨਾ ਅਜਾੜਾ ਉਹ ਕਰ ਰਹੇ ਨੇ। ਸੋ ਜੇ ਉਹ ਬੱਕਰੀਆਂ ਵਾਲਿਆਂ ਨੂੰ ਕੋਈ ਰੋਕਣ ਦੀ ਕੋਸ਼ਿਸ਼ ਕਰੇਗਾ, ਕਿਉਂਕਿ ਜ਼ਿਆਦਾ ਤਬਕਾ ਜਿਹੜਾ ਬੱਕਰੀ ਚਾਰਦੇ ਨੇ ਨੌਜਵਾਨ ਜਾਂ ਬਜ਼ੁਰਗ ਉਹ ਅਨਪੜ ਬੰਦੇ ਨੇ, ਉਹਨਾਂ ਨੂੰ ਕੋਈ ਬਹੁਤਾ ਹੁਣ ਕੇਅਰ ਨਹੀਂ ਹੈਗੀ ਇਹਨਾਂ ਗੱਲਾਂ ਦੀ ਵੀ ਬੂਟਾ ਕਿੰਨੀ ਕੀਮਤ ਆ, ਬੂਟੇ ਦੀ ਕੀਮਤ ਕਿੰਨੀ ਆ, ਇਸ ਕਰਕੇ ਉਹ ਉਹਨਾਂ ਨੂੰ ਖਤਮ ਕਰ ਦਿੰਦੇ ਨੇ। ਸੋ ਜੇ ਕੋਈ ਬੰਦਾ ਉਹਨਾਂ ਨੂੰ ਕੁਛ ਕਹਿਣ ਦੀ ਕੋਸ਼ਿਸ਼ ਕਰਦਾ ਜਾਂ ਲੜਾਈ ਝਗੜਾ ਕਰਦਾ ਜਾਂ ਉਹਨਾਂ ਨੂੰ ਇਸ ਗੱਲ ਦੇ ਪ੍ਰਤੀ ਕਹਿੰਦਾ, ਤਾਂ ਫਿਰ ਉਹ ਇੱਕ ਗਰੀਬ ਅਮੀਰ ਦੀ ਗੱਲ ਬਣ ਜਾਂਦੀ ਹੈ ਵੀ ਗਰੀਬ ਨੂੰ ਬੱਕਰੀਆਂ ਨਹੀਂ ਚਾਰਨ ਦਿੰਦੇ। ਪਰੰਤੂ ਇਸ ਲਈ ਸਰਕਾਰ ਨੂੰ ਅਵੇਅਰ ਹੋਣ ਦੀ ਲੋੜ ਹੈ। ਫਿਰ ਜਿਹੜੇ ਗੁੱਜਰ ਮੱਝਾਂ ਲੈ ਕੇ 400-200 ਮੱਝ ਹੁੰਦੀ ਆ ਗੁੱਜਰਾਂ ਦੀ, ਉਹ ਇੱਕ ਪੂਰਾ ਲੰਘਦੀ ਆ, ਪਰ ਉਹ ਜਿਸ ਰੋਡ ਉੱਤੋਂ ਦੀ ਲੰਘ ਜਾਂਦੀ ਆ ਸਰਕਾਰੀ ਰੋਡ ਉੱਤੋਂ ਦੀ ਵੀ, ਤਾਂ ਉੱਥੇ ਪੂਰਾ ਉਹਦਾ ਨੁਕਸਾਨ ਕਰ ਜਾਂਦੀ ਆ। ਇਸ ਕਰਕੇ ਜਿਹੜੀਆਂ ਮੁਹਿੰਮਾਂ ਨੇ ਪੰਜਾਬ ਦੇ ਵਿੱਚ ਉਹ ਜਿਹੜੀਆਂ ਕਿ ਸੰਭਾਲ ਵੱਲ ਵੀ, ਇੱਕ ਰੁੱਖ ਜਿਹੜਾ ਸਾਡਾ ਲਾਇਆ ਬੂਟਾ ਇਹ ਰੁੱਖ ਕਿਵੇਂ ਬਣੇ, ਇਸ ਲਈ ਸਾਰਿਆਂ ਦੇ ਦਿਮਾਗ ਇਹ ਸਨ। ਗੁਰਪ੍ਰੀਤ ਸਿੰਘ ਪਿੰਡ ਕਾਨੇਕਿਆਂ ਤੋਂ, ਜਿਨ੍ਹਾਂ ਵੱਲੋਂ ਜਿਨ੍ਹਾਂ ਦਾ ਅਸੀਂ ਬਾਗ ਦੇਖਿਆ, ਜਿਨ੍ਹਾਂ ਦੀ 4-5 ਸਾਲਾਂ ਦੀ ਘਾਲਣਾ ਦੇਖੀ ਹੈ ਕਿ ਇਹਨਾਂ ਨੇ ਜਿਹੜਾ ਇਹ ਦਰਖਤ ਲਾਏ ਨੇ, ਇਹ ਬਾਗ ਲਾਇਆ ਗਾ, ਇਹ ਜਿਹੜਾ ਇਹਨਾਂ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਗਾ, ਤੇ ਇਸ ਉਪਰਾਲੇ ਦੇ ਨਾਲ ਵੱਡੇ ਪੱਧਰ ਤੇ ਜਿਹੜੇ ਰੁੱਖ ਲਗਾਏ ਗਏ ਨੇ, ਇਹਨਾਂ ਨੇ ਆਪਣੀ ਜਿਹੜੀ ਹੈ ਆਪਣਾ ਤਜਰਬਾ ਸਾਂਝਾ ਕੀਤਾ ਕਿ ਕਿਸ ਜਨੂੰਨ ਨਾਲ, ਕਿਸ ਹਿੰਮਤ ਦੇ ਨਾਲ ਇਹਨਾਂ ਨੇ ਜਿਹੜਾ ਇਹ ਉਪਰਾਲਾ, ਕਿਉਂਕਿ ਪੰਜਾਬ ਦੇ ਵਿੱਚ ਵਾਤਾਵਰਨ ਪ੍ਰਦੂਸ਼ਣ ਇੱਕ ਵੱਡਾ ਮੁੱਦਾ ਬਣਿਆ ਹੋਇਆ, ਤੇ ਇਸ ਮੁੱਦੇ ਦੀ ਜਿਹੜਾ ਹੱਲ ਦੇ ਲਈ ਇਸ ਤਰ੍ਹਾਂ ਦੇ ਕੰਮ ਕੀਤੇ ਜਾਣ, ਇਸ ਤਰ੍ਹਾਂ ਦੇ ਬਾਗ ਲਾਏ ਜਾਣ, ਇਸ ਤਰ੍ਹਾਂ ਦੇ ਜੰਗਲ ਲਗਾਏ ਜਾਣ, ਤਾਂ ਕਿ ਆਉਣ ਵਾਲਾ ਪੰਜਾਬ ਦਾ ਭਵਿੱਖ ਸੁਰੱਖਿਅਤ ਹੋ ਸਕੇ। ਬਰਨਾਲਾ ਤੋਂ ਲਖਵੀਰ ਚੀਮਾ।